ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਤੁਹਾਡਾ ਸਾਰਿਆਂ ਤੁਹਾਡੇ ਆਪਣੇ ਚੈਨਲ 'ਤੇ ਸਵਾਗਤ ਹੈ। ਕੀ ਹਾਲ ਚਾਲ ਆ ਸਾਰੇ ਵੀਰਾਂ ਦਾ? ਉਮੀਦ ਆ ਸਾਰੇ ਵੀਰ ਵਧੀਆ ਹੋਵੋਗੇ। ਅੱਜ ਦੀ ਵੀਡੀਓ ਥੰਬਨੇਲ ਤੁਸੀਂ ਚੈੱਕ ਕਰ ਹੀ ਲਿਆ ਹੋਣਾ, ਬਹੁਤ ਹੀ ਖਾਸ ਟੌਪਿਕ 'ਤੇ ਹੈ ਬੇਸ ਦੀ ਵੀਡੀਓ। ਅਸੀਂ ਬਹੁਤ ਚੀਜ਼ਾਂ ਤੋਂ ਕਹਿ ਰਹੇ ਸੀ ਬੇਸ ਦੀ ਵੀਡੀਓ ਅਪਲੋਡ ਕਰਾਂਗੇ, ਬਟ ਸਾਨੂੰ ਟਾਈਮ ਨਹੀਂ ਲੱਗ ਰਿਹਾ ਸੀ, ਕਿਉਂਕਿ ਤੁਹਾਨੂੰ ਪਤਾ ਇਹ ਸਪੈਸ਼ਲ ਟੌਪਿਕ ਹੈ, ਕਿਉਂਕਿ ਅੱਜ ਤੱਕ ਅਸੀਂ ਜਿਹੜਾ ਨਹੀਂ ਅਪਲੋਡ ਕੀਤਾ। ਇੱਕ ਵਾਰ ਅਪਲੋਡ ਕੀਤਾ ਸੀ, ਬਟ ਉਸ ਵਿੱਚ ਅਸੀਂ ਫੁੱਲ ਡਿਟੇਲ ਨਹੀਂ ਦਿੱਤੀ ਸੀ, ਤਾਂ ਅੱਜ ਅਸੀਂ ਉਹੀ ਵੀਡੀਓ ਲੈ ਕੇ ਆਏ ਹਾਂ। ਉਮੀਦ ਹੈ ਤੁਹਾਨੂੰ ਵੀਡੀਓ ਵਧੀਆ ਲੱਗੂਗੀ। ਇਸ ਵਿੱਚ ਅਸੀਂ ਤੁਹਾਨੂੰ ਅਸੀਂ ਦੋ ਤਰੀਕੇ ਦੇ ਬੇਸ ਟਾਈ ਕਰਕੇ ਦਿਖਾਵਾਂਗੇ। ਸਭ ਤੋਂ ਪਹਿਲਾਂ ਆਪਾਂ ਸਿੰਪਲ ਬੇਸ ਟਾਈ ਕਰਾਂਗੇ, ਉਸ ਤੋਂ ਐਕਸਟਰਾ ਬੇਸ। ਸਿੰਪਲ ਬੇਸ ਕਿਸ ਤਰੀਕੇ ਦਾ ਹੁੰਦਾ? ਜਿਵੇਂ ਕਿ ਤੁਸੀਂ ਹਰ ਇੱਕ ਵੀਡੀਓ ਮੇਰੀ ਚੈੱਕ ਕੀਤੀ ਹੋਣੀ, ਮੈਂ ਜਿਹੜਾ ਬੇਸ ਟਾਈ ਕਰਦਾ ਹੁੰਦਾ ਹਰ ਇੱਕ ਵੀਡੀਓ ਵਿੱਚ, ਜਿਹੜਾ ਰਾਊਂਡ ਵਾਲਾ, ਉਹ ਵਾਲਾ ਸਿੰਪਲ ਬੇਸ ਹੁੰਦਾ। ਅਤੇ ਜੇਕਰ ਐਕਸਟਰਾ ਬੇਸ ਤੁਸੀਂ ਬੰਨੋਗੇ, ਉਹ ਵਾਲਾ ਵੀ ਅਸੀਂ ਤੁਹਾਨੂੰ ਬੰਨ ਕੇ ਦਿਖਾਵਾਂਗੇ। ਐਕਸਟਰਾ ਬੇਸ ਦਾ ਇਹ ਫਾਇਦਾ ਕਿ ਜਿਵੇਂ ਤੁਸੀਂ ਇਹ ਸਾਈਡ ਤੋਂ ਫਲਾਵਰ ਚਾਹੁੰਦੇ ਹੋ ਜਾਂ ਇਹ ਸਾਈਡ ਤੋਂ ਫਲਾਵਰ ਚਾਹੁੰਦੇ ਹੋ, ਤਾਂ ਉਹਦੇ ਲਈ ਆਪਾਂ ਕੱਪੜਾ ਯੂਜ਼ ਕਰਾਂਗੇ, ਅਤੇ ਉਹ ਵੀ ਤੁਹਾਨੂੰ ਬੇਸ ਵਿੱਚ ਐਡਜਸਟ ਕਰਕੇ ਦਿਖਾਵਾਂਗੇ ਕਿਵੇਂ ਐਡਜਸਟ ਕਰਨਾ। ਬਾਕੀ ਉਮੀਦ ਹੈ ਵੀਡੀਓ ਤੁਹਾਨੂੰ ਵਧੀਆ ਲੱਗੂਗੀ। ਪਲੀਜ਼ ਜੇ ਵੀਡੀਓ ਵਧੀਆ ਲੱਗਦੀ ਹੈ ਸ਼ੇਅਰ ਜ਼ਰੂਰ ਕਰ ਦਿਓ। ਬਾਕੀ ਬਿਨਾਂ ਟਾਈਮ ਵੇਸਟ ਕੀਤੇ ਵੀਡੀਓ ਸਟਾਰਟ ਕਰ ਦਿਓ। ਸਭ ਤੋਂ ਪਹਿਲਾਂ ਆਪਾਂ ਸਿੰਪਲ ਬੇਸ ਬੰਨ ਕੇ ਦਿਖਾਉਂਦੇ ਹਾਂ, ਜਿਹੜਾ ਕਿ ਅਸੀਂ ਵੀ ਟਰਾਈ ਕਰਦੇ ਹੁੰਦੇ ਹਾਂ। ਉਸ ਤੋਂ ਬਾਅਦ ਆਪਾਂ ਫਲਾਵਟ ਵਾਲਾ ਬੇਸ ਦੱਸਾਂਗੇ, ਜਿਸ ਨਾਲ ਪੱਗ ਫੁੱਲ ਨਹੀਂ ਹੁੰਦੀ ਹੈ। ਪਹਿਲਾਂ ਆਪਾਂ ਨੇ ਜੂੜਾ ਖੋਲ ਲੈਣਾ ਕੇਸਾਂ ਨੂੰ, ਉਸ ਤੋਂ ਬਾਅਦ ਆਪਾਂ ਨੇ ਸੈਂਟਰ ਵਿੱਚ ਇਕੱਠਾ ਕਰ ਲੈਣਾ। ਪਹਿਲਾਂ ਆਪਾਂ ਉਹਨਾਂ ਨੂੰ ਰਾਊਂਡ ਕਰਾਂਗੇ, ਹਲਕਾ ਹਲਕਾ ਰਾਊਂਡ ਕਰਨਾ, ਸੈਂਟਰ ਵਿੱਚ ਆ ਜਾਏਗਾ ਅਤੇ ਉਂਗਲ ਰੱਖ ਕੇ ਆ ਜਾਏਗਾ ਅਤੇ ਸੈਂਟਰ ਵਿੱਚ ਆਪਾਂ ਨੇ ਰਾਊਂਡ ਕਰ ਲੈਣਾ। ਜਦੋਂ ਸੈਂਟਰ ਵਿੱਚ ਜੂੜਾ ਹੋ ਜਾਏਗਾ, ਉਸ ਤੋਂ ਬਾਅਦ ਆਪਾਂ ਨੇ ਸਿੰਪਲ ਅੱਧਾ ਕੁ ਮੀਟਰ ਦਾ ਕੱਪੜਾ ਹੁੰਦਾ, ਇੰਨਾ ਕੁ ਤੁਸੀਂ ਦੇਖ ਸਕਦੇ ਹੋ ਕਿੰਨਾ ਕੱਪੜਾ, ਇੰਨਾ ਕੱਪੜਾ ਹੁੰਦਾ, ਇਸ ਨੂੰ ਆਪਾਂ ਨੇ ਹੁਣ ਬੰਨਣਾ। ਇਹ ਪਟਕਾ ਤੁਸੀਂ ਕਿਸੇ ਵੀ ਐਕਸਟਰਾ ਜਿਹੜਾ ਪਰਨਾ ਹੁੰਦਾ, ਕੋਈ ਵੀ ਚੀਜ਼ ਹੋਵੇ ਜਿਹੜੀ ਤੁਸੀਂ ਨਹੀਂ ਮੰਨਦੇ, ਕੋਈ ਵੀ ਪਰਨਾ ਹੋਵੇ, ਪੱਗ ਹੋਵੇ, ਉਸ 'ਚੋਂ ਕੱਟ ਸਕਦੇ ਹੋ। ਹੁਣ ਆਪਾਂ ਗੱਠ ਲਗਾ ਲਾਂਗੇ ਬੈਕ ਸਾਈਡ ਤੋਂ। ਫੁਲਾਵਟ ਵਾਲਾ ਬੇਸ ਵੀ ਤੁਹਾਨੂੰ ਦੱਸਾਂਗੇ, ਪਹਿਲਾਂ ਆਪਾਂ ਸਿੰਪਲ ਬੇਸ ਬਣ ਕੇ ਦਿਖਾਉਂਦੇ ਹਾਂ, ਜਿਹੜਾ ਕਿ ਅਸੀਂ ਹਰ ਇੱਕ ਵੀਡੀਓ ਵਿੱਚ ਲੈ ਕੇ ਆਉਂਦੇ ਹੁੰਦੇ ਹਾਂ। ਤਾਂ ਐਂਡ ਤੱਕ ਦੇਖਿਓ ਵੀਡੀਓ ਨੂੰ, ਬਹੁਤ ਫਾਇਦੇਮੰਦ ਹੋਊਗੀ ਤੁਹਾਡੇ ਲਈ ਵੀਡੀਓ ਆ। ਹੁਣ ਆਪਾਂ ਨੇ ਜਦੋਂ ਗੱਠ ਮਾਰ ਲਈ, ਸਾਰਾ ਕੱਪੜਾ ਜਿਹੜਾ ਖਿੱਚ ਲਾਂਗੇ ਪਿੱਛੋਂ ਦੀ, ਤਾਂ ਜਿਹੜਾ ਜੂੜਾ ਟਾਈਟ ਹੋ ਜਾਏ। ਥੋੜ੍ਹਾ ਉੱਪਰ ਚੱਕ ਲਾਂਗੇ ਪਟਕਾ ਬਾਜ ਨਾਲ। ਹੁਣ ਆਪਾਂ ਸਾਰੇ ਜਿਹੜੇ ਆਪਣੇ ਕੇਸ ਬਾਹਰ ਨੇ, ਉਹਨਾਂ ਨੂੰ ਅੰਦਰ ਕਰਾਂਗੇ ਕੇਸਾਂ ਨੂੰ। ਪੂਰੀ ਤਰ੍ਹਾਂ ਅੰਦਰ ਹੋ ਚੁੱਕੇ ਹਾਂ, ਥੋੜ੍ਹਾ ਪਟਕਾ ਢਿੱਲਾ ਕਰ ਲਾਂਗੇ। ਇਹ ਸਿੰਪਲ ਬੇਸ ਅਸੀਂ ਤਾਂ ਬੰਨਦੇ ਹੁੰਦੇ ਹਾਂ ਕਿਉਂਕਿ ਇਹ ਜ਼ਿਆਦਾ ਮਤਲਬ ਪੱਗ ਤੋਂ ਆਪਣੇ ਫੇਸ ਤੋਂ ਬਾਹਰ ਵੀ ਨਹੀਂ ਜਾਂਦਾ, ਤਾਂ ਕਿ ਜੇਕਰ ਆਪਾਂ ਐਕਸਟਰਾ ਬੇਸ ਰੱਖਦੇ ਵੀ ਹਾਂ ਤਾਂ ਕਈ ਵਾਰ ਇੱਦਾਂ ਹੁੰਦਾ ਕਿ ਪੱਗ ਇੱਕ ਸਾਈਡ ਤੋਂ ਜ਼ਿਆਦਾ ਫੁੱਲ ਵੀ ਆ ਜਾਂਦੀ, ਇੱਕ ਤੋਂ ਘੱਟ ਆਉਂਦੀ ਆ, ਅਤੇ ਜੇ ਦੋਨਾਂ ਤੋਂ ਬਰਾਬਰ ਆ ਵੀ ਜਾਂਦੀ ਹੈ ਤਾਂ ਬਟ ਉਹ ਫਿਰ ਥੋੜ੍ਹੀ ਵੱਡੀ ਵੱਡੀ ਲੱਗਦੀ ਹੈ ਪੱਗ ਬੰਨੀ ਹੋਈ। ਸਿੰਪਲ ਬੇਸ ਹਰ ਇੱਕ ਬੰਦਾ ਹੀ ਟਰਾਈ ਕਰਦਾ, ਤਾਂ ਕਰਕੇ ਅਸੀਂ ਸਿੰਪਲ ਬੇਸ ਟਰਾਈ ਕਰਦੇ ਹੁੰਦੇ ਹਾਂ। ਉਸ ਤੋਂ ਬਾਅਦ ਜਿਹੜਾ ਇੰਨਾ ਕੱਪੜਾ ਬਚ ਜਾਏਗਾ, ਇਸ ਨੂੰ ਆਪਾਂ ਨੇ ਕਿਵੇਂ ਐਡਜਸਟ ਕਰਨਾ। ਪਹਿਲਾਂ ਜਿਹੜਾ ਥੱਲੇ ਵਾਲਾ ਪੱਲਾ ਉੱਪਰ ਵੱਲ ਨੂੰ ਲੈ ਕੇ ਗਏ, ਗੋਲ ਪਰਨੇ ਵਾਂਗ ਇਸ ਨੂੰ ਲਪੇਟ ਲੈਣਾ, ਸੈਟਿੰਗ ਕਰਕੇ ਲਪੇਟਣੀ ਹੈ ਪੂਰੀ ਇਸ ਤਰੀਕੇ ਨਾਲ, ਐਂਡ ਤੱਕ ਲਪੇਟ ਲੈਣਾ। ਹੁਣ ਤੁਸੀਂ ਦੇਖ ਸਕਦੇ ਪੂਰਾ ਆਪਣਾ ਜਿਹੜਾ ਫਟਕਾ ਟਰਾਈ ਹੋ ਚੁੱਕਾ। ਹੁਣ ਬਸ ਇਸ ਤੋਂ ਬਾਅਦ ਆਪਾਂ ਨੇ ਕੁਛ ਨਹੀਂ ਕਰਨਾ, ਸਿੰਪਲ ਆਪਣੇ ਸਿੰਪਲ ਬੇਸ ਵਿੱਚ ਕੋਈ ਐਕਸਟਰਾ ਕੱਪੜਾ ਨਹੀਂ ਯੂਜ਼ ਕਰਾਂਗੇ। ਐਕਸਟਰਾ ਕੱਪੜਾ ਆਪਾਂ ਨੈਕਸਟ ਬੇਸ ਵਿੱਚ ਯੂਜ਼ ਕਰਾਂਗੇ, ਜਿਹੜਾ ਹੁਣ ਦਿਖਾਵਾਂਗੇ ਤੁਹਾਨੂੰ। ਪਹਿਲਾਂ ਆਪਾਂ ਹੁਣ 50 ਮੰਨ ਲਾਂਗੇ, 50 ਮੰਨਣ ਤੋਂ ਬਾਅਦ ਤੁਸੀਂ ਦੇਖ ਸਕਦੇ ਬੇਸ ਕੰਪਲੀਟ ਹੋ ਚੁੱਕਾ ਆਪਣਾ, ਜਿਹੜਾ ਕਿ ਅਸੀਂ ਹਰ ਇੱਕ ਵੀਡੀਓ ਵਿੱਚ ਸਟਾਰਟਿੰਗ 'ਚ ਇਹੀ ਬੇਸ ਟਰਾਈ ਕੀਤਾ ਹੁੰਦਾ, ਤੁਸੀਂ ਦੇਖਿਆ ਹੀ ਹੋਣਾ। ਹੁਣ ਆਪਾਂ ਚੱਲਦੇ ਹਾਂ ਦੂਜੇ ਬੇਸ ਵੱਲ। ਐਕਸਟਰਾ ਬੇਸ ਵਿੱਚ ਵੀ ਉਹੀ ਸੇਮ ਮੈਥਡ ਹੈ, ਤਾਂ ਵੀਡੀਓ ਥੋੜ੍ਹੀ ਫਾਸਟ ਕਰ ਦਿੰਦੇ ਹਾਂ। ਪਹਿਲਾਂ ਉਹੀ ਮੈਥਡ ਹੈ, ਤਾਂ ਵੀਡੀਓ ਥੋੜ੍ਹੀ ਫਾਸਟ ਹੋ ਜੂਗੀ, ਇਹ ਪਾਰਟ ਥੋੜ੍ਹਾ ਜਿਹਾ ਫਾਸਟ ਕਰ ਦਿੰਦੇ ਹਾਂ। ਉਰੇ ਤੱਕ ਤਾਂ ਆਪਣਾ ਮੈਥਡ ਕੰਪਲੀਟ ਹੋ ਚੁੱਕਿਆ ਹੈ। ਹੁਣ ਅੱਗੇ ਵੱਲ ਦੱਸਦੇ ਹਾਂ ਤੁਹਾਨੂੰ, ਪਹਿਲਾਂ ਥੋੜ੍ਹਾ ਵਾਸ਼ ਜਿਹੜਾ ਤਾਂ ਕਰਤਾ ਸੀ ਆਪਾਂ ਨੇ ਪਾਰਟ, ਕਿਉਂਕਿ ਸੇਮ ਹੀ ਮੈਥਡ ਸੀਗਾ, ਆਪਾਂ ਸੈਂਟਰ ਵਿੱਚ ਜੂੜਾ ਜਿਵੇਂ ਪਹਿਲਾਂ ਕੀਤਾ ਸਿੰਪਲ ਬੇਸ ਵਿੱਚ, ਉਸ ਤਰੀਕੇ ਨਾਲ ਉਰੇ ਵੀ ਕਰਨਾ। ਬਟ ਉਰੇ ਆ ਕੇ ਆਪਾਂ ਨੇ ਇੱਕ ਸੇਮ ਜਿਹੜੀ ਖਾਸ ਚੀਜ਼ ਕਰਨੀ ਆ, ਉਹ ਕੱਪੜਾ ਰੱਖਣਾ, ਤਾਂ ਹੀ ਐਕਸਟਰਾ ਬੇਸ ਬਣੂਗਾ। ਤਾਂ
ਕੱਪੜਾ ਤੁਸੀਂ ਜਿੰਨਾ ਚਾਹੋ ਉਨਾ ਰੱਖ ਸਕਦੇ ਹੋ, ਛੋਟਾ ਜਿਹਾ ਕੱਪੜਾ ਮੇਰਾ ਤਾਂ ਲਾ ਲਓ ਤੁਸੀਂ, ਕੋਈ ਵੀ ਕੱਪੜਾ ਹੋਵੇ ਛੋਟਾ ਮੋਟਾ, ਜਿੰਨਾ ਕੁ ਤੁਸੀਂ ਚਾਹੋ ਉਨਾ ਰੱਖ ਸਕਦੇ ਹੋ। ਮੈਂ ਜ਼ਿਆਦਾ ਨਹੀਂ ਟਰਾਈ ਕਰਦਾ ਹੁੰਦਾ, ਬਟ ਤੁਹਾਡੇ ਕਹਿਣ 'ਤੇ ਕਰ ਰਿਹਾ, ਤਾਂ ਥੋੜ੍ਹਾ ਬਹੁਤਾ ਕੱਪੜਾ ਰੱਖ ਸਕਦੇ ਆਪਾਂ ਜਿੰਨਾ ਚਾਹੋ ਇਸ ਜਗ੍ਹਾ 'ਤੇ। ਇੱਧਰੋਂ ਦੀ ਜੇ ਤੁਹਾਡੀ ਪੱਗ ਫੁੱਲਵੀਂ ਨਹੀਂ ਆਉਂਦੀ, ਤੁਸੀਂ ਇੱਥੇ ਵੀ ਰੱਖ ਸਕਦੇ ਹੋ ਉਸੇ ਤਰੀਕੇ ਨਾਲ ਹੁਣ ਆਪਾਂ ਲੜਨ ਨੂੰ ਉੱਪਰ ਨੂੰ ਕਰਾਂਗੇ, ਫਿਰ ਲਿਆਵਾਂਗੇ। ਲਿਆਉਣ ਤੋਂ ਬਾਅਦ ਉਸੇ ਤਰੀਕੇ ਨਾਲ ਇਹਨੂੰ ਵੀ ਇਹਦੇ ਵਿੱਚੋਂ ਕੱਢ ਦਾਂਗੇ, ਅਤੇ ਜਿਹੜਾ ਆਪਣਾ ਲੜ ਹੋਊਗਾ ਤੁਸੀਂ ਦੇਖ ਸਕਦੇ ਹੋ, ਪਰਨੇ ਦਾ ਫੁੱਲ ਮਾ ਚੁੱਕਿਆ ਹੋਊਗਾ। ਬਾਕੀ ਤੁਸੀਂ ਕੱਪੜਾ ਜਿੰਨਾ ਚਾਹੋ ਉਨਾ ਰੱਖ ਸਕਦੇ ਹੋ, ਮੈਂ ਥੋੜ੍ਹਾ ਘੱਟ ਤਾਂ ਰੱਖਿਆ ਕਿਉਂਕਿ ਮੈਂ ਇੰਨਾ ਲਾਈਕ ਨਹੀਂ ਕਰਦਾ ਐਕਸਟਰਾ ਬੇਸ। ਤੁਸੀਂ ਉਰੇ ਤੱਕ ਵੀ ਰੱਖ ਸਕਦੇ ਹੋ ਜੇਕਰ ਤੁਹਾਡੀ ਪੂਰੋਂ ਡੈਂਟ ਪੈਂਦਾ, ਕੋਈ ਦਿੱਕਤ ਵਾਲੀ ਗੱਲ ਨਹੀਂ ਹੈ, ਬਟ ਅਸੀਂ ਜ਼ਿਆਦਾ ਜਿਹੜਾ ਐਕਸਟਰਾ ਬੇਸ ਨਹੀਂ ਟਰਾਈ ਕਰਦੇ, ਤਾਂ ਕਰਕੇ ਤੁਹਾਨੂੰ ਸਿੰਪਲ ਦਿਖਾਇਆ। ਹੁਣ ਆਪਾਂ 50 ਲਗਾ ਲਾਂਗੇ, 50 ਲਗਾਉਣ ਨਾਲ ਆਪਣੀ ਜਿਹੜੀ ਇਹਦੀ ਸ਼ੇਪ ਹੋਊਗੀ ਬੇਸ ਦੀ, ਉਹ ਹੋਰ ਵਧੀਆ ਹੋ ਜੂਗੀ। ਜੇ ਕੰਨ ਅੰਦਰ ਆ ਕੋਈ ਚੱਕਰ ਵਾਲੀ ਗੱਲ ਨਹੀਂ, ਕਿਉਂਕਿ ਜੇ ਬਾਹਰ ਹੋਊਗਾ ਕੰਨ, ਤੁਹਾਡਾ ਕੰਨ ਵੀ ਬਾਹਰ ਪੱਗ 'ਚ ਦਿਖ ਸਕਦਾ। ਬਾਕੀ ਬੇਸ ਆਪਣਾ ਤਿਆਰ ਹੋ ਚੁੱਕਿਆ, ਗੱਠ ਲਗਾ ਲਓ 50 ਦੀ, ਜਿੰਨਾ ਕੁ ਤੁਸੀਂ ਚਾਹੋ ਉਨਾ ਰੱਖ ਸਕਦੇ ਹੋ, ਕੋਈ ਦਿੱਕਤ ਵਾਲੀ ਗੱਲ ਨਹੀਂ ਹੈ। ਬਾਕੀ ਉਮੀਦ ਹੈ ਵੀਡੀਓ ਤੁਹਾਨੂੰ ਵਧੀਆ ਲੱਗੀ ਹੋਊਗੀ, ਵੀਡੀਓ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰ ਦਿਓ। ਜਲਦੀ ਮਿਲਾਂਗੇ ਨਵੀਂ ਵੀਡੀਓ ਲੈ ਕੇ। ਵਾਹਿਗੁਰੂ ਜੀ ਕਾ ਖਾਲਸਾ।